ਫਾਜ਼ਿਲਕਾ ਦੇ ਡੀਸੀ ਦਫ਼ਤਰ ਦੇ ਬਾਹਰ ਇੱਟ ਭੱਠਾ ਮਜ਼ਦੂਰਾਂ ਦਾ ਧਰਨਾ 16ਵੇਂ ਦਿਨ ਵੀ ਰਿਹਾ ਜਾਰੀ। ਪੋਕੜ ਤਾਲ ਤੇ ਪਿਛਲੇ 8 ਦਿਨਾਂ ਤੋਂ ਬੈਠੇ ਹਨ ਮਜ਼ਦੂਰ। ਫਾਜ਼ਿਲਕਾ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਇੱਟ ਭੱਟਾ ਮਜ਼ਦੂਰਾਂ ਵੱਲੋਂ ਡੀਸੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ। ਇਹ ਧਰਨਾ ਅੱਜ 16ਵੇਂ ਦਿਨ ਵੀ ਜਾਰੀ ਰਿਹਾ ਜਦਕਿ ਪਿਛਲੇ 8 ਦਿਨਾਂ ਤੋਂ ਪੋਕੜਤਾਲ ਜਾਰੀ ਹੈ। ਜਾਣਕਾਰੀ ਦਿੰਦੇ ਹੋਏ ਇੱਟ ਭੱਟਾ ਮਜ਼ਦੂਰਾਂ ਦੇ ਆਗੂ ਨੇ ਦੱਸਿਆ ਕਿ ਪਹਿਲੇ 8 ਦਿਨਾਂ ਦੇ ਵਿੱਚ ਉਹਨਾਂ ਦੇ ਇੱਕ ਸਾਥੀ ਵੱਲੋਂ 8 ਦਿਨ ਮਰਮਤ ਕੀਤਾ ਗਿਆ ਸੀ, ਜਿਸ ਤੋਂ ਬਾਅਦ ਰੋਜ਼ਾਨਾ ਹੀ 5 ਵਰਕਰ ਪੋਕੜਤਾਲ ਤੇ ਬੈਠਦੇ ਹਨ। ਇਹ ਪੋਕੜਤਾਲ ਪਿਛਲੇ 8 ਦਿਨਾਂ ਤੋਂ ਜਾਰੀ ਹੈ। ਉਹਨਾਂ ਨੇ ਕਿਹਾ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਵੱਲੋਂ ਇਸੇ ਤਰ੍ਹਾਂ ਹੀ ਧਰਨਾ ਜਾਰੀ ਰਹੇਗਾ ਅਤੇ ਮਜ਼ਦੂਰਾਂ ਵੱਲੋਂ ਪੋਕੜਤਾਲ ਵੀ ਜਾਰੀ ਰਹੇਗੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜੀ ਵੀਰ ਸਿੰਘ ਹੈ ਜੀ। ਅੱਜ ਕਿੰਨਵਾਂ ਦਿਨ ਹੈ ਤੁਹਾਡਾ ਜਿਹੜਾ ਇਹ ਪੋਕੜਤਾਲ ਤੇ ਬੈਠੇ ਸੀ? ਪੋਕੜਤਾਲ ਨੂੰ ਜੀ ਸਾਰਾ ਸਾਡਾ ਅੱਜ 8ਵਾਂ ਦਿਨ ਹੈ ਜੀ ਤੇ ਇਸ ਤੋਂ ਪਹਿਲੇ 8 ਦਿਨ ਉਹ ਮਰਨ ਵਰਤ ਤੇ ਬੈਠੇ ਸਾਡੇ ਸਾਥੀ। ਹੁਣ ਪੋਕੜਤਾਲ ਤੇ ਤੁਹਾਡੇ ਕਿੰਨੇ ਸਾਥੀ ਬੈਂਦੇ ਨੇ? ਹਰ ਰੋਜ਼ ਹੀ 24 ਘੰਟਿਆਂ ਬਾਅਦ ਅਸੀਂ 5 ਸਾਥੀ ਨਵੇਂ ਬਿਠਾਉਂਦੇ ਹਾਂ ਜੀ। ਕੀ ਗੱਲਬਾਤ ਹੋਈ ਪ੍ਰਸ਼ਾਸਨ ਨਾਲ? ਸਾਡੀ ਕੋਈ ਗੱਲਬਾਤ ਨਹੀਂ ਹੋਈ ਜੀ, ਨਾ ਕੋਈ ਸਾਡੇ ਕੋਲ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਆਇਆ ਹੈ ਅਤੇ ਨਾ ਹੀ ਸਾਡੀ ਕੋਈ ਗੱਲਬਾਤ ਹੋਈ ਹੈ। ਕੀ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਮਸਲਾ ਹੱਲ, ਤੁਹਾਡੀਆਂ ਮੰਗਾਂ ਪੂਰੀਆਂ ਹੋ ਸਕਦੀਆਂ? ਸਾਡੀਆਂ ਮੰਗਾਂ ਹੋਣਗੀਆਂ ਜੀ ਹਾਈ ਕੋਰਟ ਦੇ ਵਿੱਚ। ਇਹਨਾਂ ਨੇ ਰੈਟ ਪਾਈ ਸੀ, ਇਹਨਾਂ ਨੇ ਸਟੇ ਇੱਕ ਲੈ ਆਏ ਸੀ, ਜਿਹੜਾ ਸਾਡਾ ਸਮਝੌਤਾ ਹੋਇਆ ਸੀ ਵੀ ਸਾਨੂੰ ਇਹ ਮਨਜ਼ੂਰ ਨਹੀਂ, ਅਤੇ ਅਸੀਂ ਵੀ ਲਿਖ ਕੇ ਦਿੱਤਾ ਵੀ ਸਾਨੂੰ ਵੀ ਇਹ ਮਨਜ਼ੂਰ ਨਹੀਂ, ਜੋ ਮਿਨੀਮਮ ਵੇਜ ਸਰਕਾਰੀ ਰੇਟ ਹੈ ਉਹ ਸਾਨੂੰ ਦਿੱਤਾ ਜਾਵੇ। ਡੀਸੀ ਦਫ਼ਤਰ ਦੇ ਬਾਹਰ ਤੁਸੀਂ ਜਿਹੜਾ ਧਰਨਾ ਦਿੱਤਾ ਹੋਇਆ ਹੈ, ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਅੱਗੇ ਕੀ ਰਣਨੀਤੀ ਤੁਹਾਡੀ? ਸਾਡੀ ਰਣਨੀਤੀ ਸਾਰੇ ਹੈਗੀ ਹੈ ਵੀ ਜਦੋਂ ਤੱਕ ਸਾਡਾ ਕੋਈ ਹੱਲ ਨਹੀਂ ਹੁੰਦਾ ਲੰਮੇ ਸਮੇਂ ਤੱਕ ਹੀ ਅਸੀਂ ਇਹ ਪੋਕੜਤਾਲ 'ਤੇ ਬੈਠਾਂਗੇ ਜੀ।